ਹਾਂਜੀ ਸਿੱਖ ਕੌਮ ਦੇ ਜੂਥ ਨੂੰ ਫਤਿਹ ਪ੍ਰਵਾਨ ਹੋਵੇ ਖਾਸ ਕਰਕੇ ਜੂਥ ਨੂੰ ਧਿਆਨ ਨਾ ਤੁਹਾਡੇ ਸੁਣਨ ਜੋਗ ਗੱਲਾਂ ਆ ਆਪਾਂ ਜਿੱਤ ਜਿੱਤ ਕੇ ਹਾਰ ਦੇ ਕਿਦਾਂ ਆ ਉਹਨਾਂ ਜਿਹੜੀ ਟੀਮ ਹੈ ਨਾ ਸੰਤ ਜਰਨੈਲ ਸਿੰਘ ਹੁਣ ਵਾਲਾ ਛਾਤੀ ਮਾਰੋ ਉੱਥੋਂ ਦੂਰੋਂ ਨਾ ਜਾਓ 78 ਤੋਂ ਸ਼ੁਰੂ ਕਰ ਲਓ ਮੈਂ ਕਰਦਾਗਾ ਹਾਂ ਹੈਨਾ ਜਿਹੜੀ ਟੀਮ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਨਾਲ ਹੁੰਦੀ ਸੀ ਮਹਿਤਾ ਚਾਵਲਾ ਗਰੇਵਾਲ ਇਹ ਸਾਰੇ ਉਹੀ ਜਾ ਕੇ ਅੱਜ ਫੇਰ ਕੌਂਕੇ ਸਾਹਿਬ ਦੇ ਘਰ ਬੈਗ ਹੈ ਦੇਖ ਲੈ ਇਥੋਂ 84 ਤੋਂ ਲੈ ਕੇ ਅੱਜ ਤੱਕ 24 ਤੱਕ ਇਹ ਤੁਸੀਂ ਤੁਹਾਨੂੰ ਸੀਨ ਦੇਖ ਪਿਆ ਹੋਣਾ ਵੀ ਇਹ ਉਹੀ ਕਾਤਲਾਂ ਦਾ ਜਿਹੜਾ ਟੋਲਾ ਆ ਉਹੀ ਜਿਹੜੇ ਸਾਡੇ ਕਾਤਲ ਆ ਜਿਹੜੇ ਘਸਪੈੜ ਸਾਡੇ ਵਿੱਚ ਕਰਕੇ ਬੈਠੇ ਸਿੱਖੀ ਸਰੂਪ ਦੇ ਵਿੱਚ ਭੇੜੀਏ ਆ ਅੱਜ ਫੇਰ ਉਹ ਉੱਥੇ ਬੈਠੇ ਆ ਕੌਂਕੇ ਸਾਹਿਬ ਦੇ ਉਹਨਾਂ ਦੇ ਕੋਲੋਂ ਸਨਗਨੇਚਰ ਕਰਵਾ ਲੈ ਉਹਨਾਂ ਕੋਲ ਵਕਾਲਤਨਾਮਾ ਲੈ ਲੈ ਹੁਣ ਸੁਣਿਓ ਧਿਆਨ ਦੇ ਨਾਲ 1978 ਦੇ ਵਿੱਚ ਜਦੋਂ ਨਰੰਗਕਾਰੀ ਕਾਂਡ ਹੋਇਆ ਗੋਲੀਆਂ ਚੱਲੀਆਂ ਸਭ ਕੁਝ ਹੋਇਆ 13 ਸਿੰਘ ਚੀਰ ਹੋਏ ਬਾਕੀ ਫੱਟੜ ਹੋਏ ਸੰਤ ਜਰਨੈਲ ਸਿੰਘ ਭਿੰਡਰਾ ਵਾਲਿਆਂ ਦੇ ਟਾਈਮ ਦੀ ਗੱਲ ਆ ਬਾਦਲ ਦੀ ਸਰਕਾਰ ਸੀ ਔਰ ਮਜੇ ਦੀ ਗੱਲ ਆ ਬਾਦਲ ਖੁਦ ਸਰਕਾਰੀ ਗੱਡੀ ਦੇ ਵਿੱਚ ਉਹਨੂੰ ਅੰਮ੍ਰਾਲੇ ਤੱਕ ਛੱਡ ਕੇ ਆਇਆ ਨਰੰਗਕਾਰੀ ਗੁਰਵਚਨੇ ਨੂੰ ਉਹਦਾ ਜਿਹੜਾ ਮੁੱਖ ਗਵਾਹ ਸੀਗਾ ਬਣਾਇਆ ਕਿਹਨੂੰ ਉਮਰਾਨੰਗਲ ਨੂੰ ਉਮਰਾਨੰਗਲ ਕੌਣ ਸੀ ਅਕਾਲੀ ਦਲ ਦਾ ਸਰਪ੍ਰਸਤ ਮੈਂਬਰ ਉਹਨੇ ਕੀ ਕੀਤਾ ਜਾ ਕੇ ਜਦੋਂ ਕਰਨਾਲ ਦੇ ਵਿੱਚ ਕੇਸ ਚੱਲਿਆ ਉੱਥੇ ਗਵਾਹੀ ਤੋਂ ਮੁੱਕਰ ਗਿਆ ਇੱਕ ਅਹ ਹੁਣ ਦੂਰ ਦਾ ਜਾਓ ਤੁਹਾਡੇ ਸਾਹਮਣੇ ਆ ਫਿਰ ਆ ਜਿਹੜੀ ਚੰਦੂ ਮਾਜਰੇ ਨੇ ਪੋਸ਼ਾਕ ਬਣਾ ਕੇ ਭੇਜੀ ਸੀ ਤੇ ਉਹਨੇ ਸਵਾਗ ਰਚਾਇਆ ਸੀਗਾ ਝੂਠੇ ਸੌਦੇ ਵਾਲੇ ਨੇ ਉਹਦੇ ਵਿੱਚ ਜਦੋਂ ਸਲਾਬਤਪੁਰੇ ਨੂੰ ਘੇਰ ਲਿਆ ਸਾਰੇ ਪਾਸਿਆਂ ਤੋਂ ਸਿੱਖ ਕੌਮ ਨੇ ਉਨਾਂ ਨੂੰ ਪੁਲਸ ਨੂੰ ਕੇਸ ਦਰਜ ਕਰਨਾ ਪੈ ਗਿਆ ਸਰਕਾਰ ਕਹੇ ਦੀ ਬਾਦਲ ਦੀ ਕੇਸ ਦਰਜ ਹੋ ਗਿਆ ਉਹਦੇ ਚ ਗਵਾਹ ਕਹਿੰਨੂ ਬਣਾਇਆ ਰਜਿੰਦਰ ਸੰਧੂ ਨੂੰ ਉਹ ਕੌਣ ਸੀ ਅਕਾਲੀ ਦਲ ਦਾ ਨਮਾਇੰਦਾ ਗੇਮ ਕੀ ਖੇਡੀ ਅੱਗੇ ਚੱਲ ਕੇ ਜਦੋਂ ਹਰਸਿਮਰਤ ਐਮਪੀ ਦੀ ਚੋਣ ਲੜਦੀ ਆ ਬਠਿੰਡੇ ਤੋਂ ਇੱਕ ਹਫ਼ਤਾ ਪਹਿਲਾਂ ਉਹੀ ਜਿਹੜੀ ਰਿਪੋਰਟ ਆ ਰਾਮ ਰਹੀਮ ਦੇ ਉੱਤੇ ਉਹ ਜਿਹੜਾ ਗਵਾਹ ਆ ਉਹਨੂੰ ਵਿੱਚੋਂ ਕੱਢ ਲਿਆ ਜਾਂਦਾ ਉਹਦੀ ਗਵਾਹੀ ਕੈਂਸਲ ਹੋ ਜਾਂਦੀ ਆ ਤੇ ਕੇਸ ਰੱਦ ਹੋ ਜਾਂਦਾ ਕਹਿੰਦੇ ਸਲਾਬਤਪੁਰੇ ਦੇ ਵਿੱਚ ਹੋਇਆ ਹੀ ਕੁਝ ਨਹੀਂ ਇਦਾਂ ਦਾ ਉਹਨੇ ਸਵਾਂਗ ਰਚਿਆ ਹੀ ਕੋਈ ਨਹੀਂ ਕੌਣ ਸੀ ਬਾਦਲ ਕਾਹਦੇ ਲਈ ਸਿਰਫ ਵੋਟਾਂ ਲਈ ਸਿੱਖ ਕੌਮ ਨੂੰ ਕਿੱਥੇ ਸੜਲ ਦਾ ਖੂਜਾ ਫਿਰ ਅੱਗੇ ਚੱਲੋ ਜੂਨ 84 ਚ ਆਜੋ ਜੂਨ 84 ਸਾਡੇ ਨਾਲ ਕੀ ਹੋਇਆ ਗੁਰਦੇਵ ਸਿੰਘ ਨੇ ਸਿਗਨੇਚਰ ਨਹੀਂ ਕੀਤੇ ਡੀਸੀਸੀ ਵੀ ਨਹੀਂ ਜਿਹੜਾ ਆ ਆਰਮੀ ਦਾ ਜਿਹੜਾ ਕੰਮ ਆ ਬਾਰਡਰਾਂ ਨੂੰ ਸੰਭਾਲਣਾ ਇਹ ਪੁਲਿਸ ਦਾ ਕੰਮ ਆ ਪੁਲਿਸ ਇਹਨੂੰ ਨਿਜੀਠੂਗੀ ਪਰ ਕਹਿੰਦੇ ਨਹੀਂ ਇਹਨਾਂ ਨੂੰ ਸਾਬਤ ਸਿਖਾਉਣਾ ਸਿੱਖਾ ਨੂੰ ساری ਉਮਰ ਲਈ ਗੋਡੇ ਥੱਲੇ ਕਿੱਦਾਂ ਰੱਖਣਾ ਬਾਦਲ ਨੇ ਆਪਣਾ ਸਾਲਾ ਸਦਿਆ ਰਮੇਸ਼ਿੰਦਰ ਉਤੋਂ ਸੰਗਨੀਚਰ ਕਰਾ ਕੇ ਅਟੈਕ ਕਰਾਇਆ ਇਸ ਤੋਂ ਬਾਅਦ ਫਿਰ ਬਰਨਾਲੇ ਦੀ ਸਰਕਾਰ ਆਈ ਉਹਨੇ ਪਹਿਲਾਂ ਆਉਂਦਿਆਂ ਆ ਜਿਹੜਾ ਆਪਣਾ ਨਕੋਦਰ ਕਾਂਡ ਹੋਇਆ ਮੁੰਡੇ ਦਿਨ ਦਿਹਾੜੇ ਕਾਲਜ ਦੇ ਪੜ੍ਹਦੇ ਚੱਕ ਕੇ ਮਾਰ ਦਿੱਤੇ ਉਹਦੇ ਵੀ ਗੁਰੂਗ੍ਰਾਮ ਸਾਹਿਬ ਦਾ ਨਰਾਦਰ ਹੋਇਆ ਸੀਗਾ ਉਹ ਮਾਰ ਦਿੱਤੇ ਮਾਰਨ ਤੋਂ ਬਾਅਦ ਉਹਨਾਂ ਬੱਚਿਆਂ ਨੂੰ ਅਣਪਛਾਤਾ ਕਿਹਾ ਬਾਪ ਮਾਂ ਬਾਪ ਬਾਹਰ ਲਾਸ਼ਾਂ ਲੈਣ ਲਈ ਖੜੇ ਸੀਗੇ ਜਸਕੀਰਤ ਨੇ ਇਹਦਾ ਮੂੰਹ ਜਸ ਹਥਿਆਰ ਪਾ ਕੇ ਮੁੰਡੇ ਦੇ ਗੋਲੀ ਮਾਰੀਏ ਲਿੱਤਰਾਂ ਵਾਲੇ ਦੇ ਉਹ ਕਹਿੰਦੇ ਸਾਡੇ ਬੱਚਿਆਂ ਦੀਆਂ ਲਾਸ਼ਾਂ ਤਾਂ ਦੇ ਦਿਓ ਪਰ ਨਹੀਂ ਲਾਸ਼ਾਂ ਅਣਪਛਾਤੀਆਂ ਕਰਕੇ ਫੂਕੀਆਂ ਕਿਨੇ ਦਰਬਾਰੇ ਗੁਰੂ ਦੇ سنگਨੇਚਾਂ ਹਣ ਜਿਹਨੂੰ ਇਹਨਾਂ ਨੇ ਸਟੇਕਟ ਦਿੱਤੀ ਫਿਰ ਇਹਨਾਂ ਨੇ ਦਿੱਤੀ ਅਜਹਾਰ ਆਲਮ ਨੂੰ ਉਹਦੀ ਘਰ ਵਾਲੀ ਨੂੰ ਟਿਕਟ ਦਿੱਤੀ ਉਹ ਯਾਰ ਇਹ ਉਹੀ ਕਾਤਲ ਅੱਜ ਫੇਰ ਆ ਕੇ ਕੌਂਕੇ ਸਾਹਿਬ ਦੇ ਦਰ ਤੇ ਬਹਿ ਗਏ ਪਹਿਚਾਣੋ ਇਹਨਾਂ ਨੂੰ ਯਾਰ ਛੱਡ ਦਿਓ ਸਾਰੀਆਂ ਗੱਲ ਬਰਗਾੜੀ ਦਾ ਤੁਹਾਡੀਆਂ ਅੱਖਾਂ ਦੇ ਸਾਹਮਣੇ ਹੋ ਗਿਆ ਅਣਪਛਾਤੀ ਲਾਸ਼ ਉਥੋਂ ਕਿੱਥੋਂ ਅਣਪਛਾਤੀ ਪੁਲਿਸ ਆ ਗਈ ਫਿਰ ਜਦੋਂ ਲੁਧਿਆਣੇ ਦੇ ਵਿੱਚ ਉਹ ਮੁੰਡਾ ਲੋਹਾਰੇ ਵਾਲਾ ਸ਼ਹੀਦ ਹੋਇਆ ਦਰਸ਼ਨ ਸਿੰਘ ਲੋਹਾਰਾ ਉੱਥੇ ਝਾਤੀ ਮਾਰੋ ਉੱਥੇ ਵੀ ਢੱਡੜੀਆਂ ਵਾਲਾ ਮੋਹਰੇ ਸੀਗਾ ਜਿਹੜਾ ਬਰਗਾਰੀ ਗਾੜੇ ਉੱਥੇ ਵੀ ਢੱਡੜੀਆਂ ਵਾਲਾ ਮੋਹਰੇ ਸੀਗਾ ਇਹ ਇੱਕ ਜਾਲ ਆ ਸਾਡੇ ਉੱਤੇ ਪਾਇਆ ਪੁਲਿਸ ਦਾ ਆ ਬਾਬਿਆਂ ਦਾ ਤੇ ਆ ਜਿਹੜੇ ਸਿਆਸਤਦਾਨ ਆ ਇਹ ਸਾਡੇ ਸਿਰਫ ਤੇ ਸਿਰਫ ਸਾਡੇ ਕਤਲ ਕਰਦੇ ਆ ਸਾਡੇ ਬੱਚਿਆਂ ਨੂੰ ਮਾਰਦੇ ਸਾਨੂੰ ਮਾਰਦੇ ਸਾਨੂੰ ਅੱਤਵਾਦੀ ਬਣਾ ਦਿੰਦੇ ਆ ਅੱਤਵਾਦੀ ਸਭ ਤੋਂ ਵੱਡੇ ਇਹ ਆ ਸਿੱਧ ਹੋ ਚੁੱਕਾ ਆ ਉਹ ਯਾਰ ਹੁਣ ਤਾਂ ਭੇਡਾ ਨਾ ਬਣੋ ਅੱਖਾਂ ਖੋਲੋ ਜਦੋਂ ਵੀ ਪਿੰਡਾਂ ਦੇ ਵਿੱਚ ਇਹ ਵੜਦੇ ਆ ਹੁਣ ਇਲੈਕਸ਼ਨਾਂ ਲਈ ਜੁੱਤੀ ਹੱਥ 'ਚ ਰੱਖਿਓ ਜੇ ਤੁਸੀਂ ਆਪਣੇ ਹੱਕ ਲੈਣੇ ਨਾ ਜੁੱਤੀ ਹੱਗ ਭੇਡਾਂ ਨਾ ਬਣੋ ਹੱਕਾਂ ਲਈ ਲੜੋ ਇੱਕ ਜਾਲ ਆ ਬਹੁਤ ਵੱਡਾ ਪੂਰਾ ਸੈਂਟਰ ਤੋਂ ਸ਼ੁਰੂ ਹੁੰਦਾ ਇਹ ਸੈਂਟਰ ਹੀ ਬੰਦੇ ਪਲਾਂਟ ਕਰਦਾ ਪੁਲਿਸ ਨੇ ਅਜੇ ਤੱਕ ਕਿਸੇ ਇਨਸਾਨ ਦਾ ਜੱਜ ਪੁਲਿਸ ਵਕੀਲ ਜੋ ਵੀ A ਤੋਂ Z ਇਹ ਸਾਰੇ ਚੋਰ ਕੁੱਤੀ ਇੱਕਿਆ ਇਹ ਸਾਡੇ ਕਾਤਲ ਆ ਸਾਡਾ ਇਹਨਾਂ ਨੇ ਕਤਲ ਕਰਨਾ ਸਿੱਖ ਨੂੰ ਅੱਜ ਤੱਕ ਕਿਤੇ ਇਨਸਾਫ ਮਿਲਿਆ ਤਾਂ ਦੱਸ ਦਿਓ ਹੁਣ ਕਿਤੇ ਆਰਐਸਐਸ ਤੋਂ ਵੀ ਮਤ ਲੈ ਲਓ ਉਹਨਾਂ ਦਾ ਇੱਕ ਕੰਮ ਆ ਅਬ ਭਰਿਆ ਨਾ ਆਖਰ ਜਿਹੜਾ ਇਹ ਗੁਪਤਾ ਇਹਨਾਂ ਦਾ ਫੜ ਹੋਇਆ ਜਿਹੜਾ ਪ੍ਰਾਗ ਦੇ ਵਿੱਚ ਉਹਦੇ ਲਈ ਸਰਕਾਰੀ ਖਰਚੇ ਤੇ ਸਾਰਾ ਉਹਦਾ ਖਰਚਾ ਵਕੀਲ ਜੋ ਜਿੱਥੇ ਆਉਣਾ ਜਾਣਾ ਚਾਹੇ ਅਮਰੀਕਾ ਨਾਲ ਚਾਹੇ ਉਹਦੇ ਆਪਣਾ ਜਿਹੜਾ ਹੈਗਾ ਚੈਕੋ ਦਾ ਜਿਹੜਾ ਪ੍ਰਧਾਨ ਮੰਤਰੀ ਆ ਉਹਦੇ ਨਾਲ ਬੈਠ ਕੇ ਗੱਲਬਾਤ ਕਰਨੀ ਉਹ ਸਾਰਾ ਖਰਚਾ ਕੌਣ ਚੱਕਦੀ ਆ ਆਰਐਸਐਸ ਸਾਨੂੰ ਸਾਡੇ ਜਿਹੜੇ ਬੰਦੇ ਜਿਨ੍ਹਾਂ ਨੇ ਸੌਦੇ ਲਾਏ ਆ ਜਿੱਦਾਂ ਹੁਣ ਆ ਦੂਜਾ ਸੀਗਾ ਆਪਣਾ ਲੰਗੋਆ ਸਮਝੌਤਾ ਕਰਿਆ ਮੈਂ ਇਹਦੇ ਦੂਜੇ ਨਾਲ ਰਜੀਵ ગાંધી ਦੇ ਨਾਲ ਖਾ ਯਾਰ ਸਕੂਲੇ ਚਾਹ ਦੇ ਨਾਲ ਜਦੋਂ ਉਹਨੂੰ ਸੌਦੇ ਆ ਉਹ ਸੋਧਣ ਵਾਲਿਆਂ ਦਾ ਤਾਂ ਕਿਸੇ ਨੂੰ ਨਹੀਂ ਪਤਾ ਵੀ ਉਹ ਸੂਰਮੇ ਕੌਣ ਆ ਤੇ ਕਿੱਥੇ ਕਿਹੜੇ ਹਾਲਾਤਾਂ 'ਚ ਆ ਆਈ ਗਿਆਨ ਸਿੰਘ ਲੀਲ ਹੁਣੀ ਹੋਰ ਸਿੰਘਿਆਂ ਨਾਲ ਪਰ ਇਸ ਦੱਲੇ ਦੀ ਲੰਗੋਵਾਲ ਦੀ ਹਰ ਸਾਲ ਵਰਸੀ ਕੌਣ ਮਣਾਉਂਦਾ ਆ ਇਹੀ ਅਕਾਲੀ ਦਲ ਢੀਂਸੇ ਹੁਣੀ ਇਹੀ ਆ ਜੱਪੀਆਂ ਪਾਉਣ ਵਾਲੇ ਅਜਾ ਹਾਰਾ आलम ਨੂੰ ਉਹ ਯਾਰ ਕਦੋਂ ਅੱਖਾਂ ਖੋਲੋਗੇ ਆ ਹੁਣ ਕੋਂਕੇ ਵਾਲੇ ਕੇਸ ਦੇ ਵਿੱਚ ਜਿੱਦਾਂ ਇਹਨਾਂ ਨੇ ਪਹਿਲਾਂ ਸਲਾਬਤਪੁਰੇ ਵਾਲਾ ਕੇਸ ਹੈ ਨਾ ਰੱਦ ਰਫੋ ਦਫਾ ਕਰ ਦਿੱਤਾ ਤੇ ਉਹ ਦੂਜਾ ਵੀ ਨਰੰਕਾਰੀ ਕਾਂਡ ਵੀ ਇੱਡਾ ਹੀ ਇਹ ਕੇਸ ਕੌਂਕੇ ਸਾਹਿਬ ਵਾਲਾ ਇਹ ਹੁਣਾਂ ਹੀ ਨਹੀਂ ਦਰਜ ਇਹ ਗਰੰਟੀ ਦਰਜ ਹੋ ਜਾਊਗਾ ਗਵਾਹ ਇਹਨਾਂ ਦੇ ਹੋਣੇ ਆ ਮੌਕੇ ਤੇ ਜਾ ਕੇ ਸਾਰੇ ਬਹਿ ਜਾਣੇ ਆ ਲਾਸ਼ ਹੀ ਨਹੀਂ ਮਿਲੀ ਜੀ ਕਾਹਦੇ ਕੇਸ ਕਰੀ 302 ਬਣਦਾ ਹੀ ਨਹੀਂ ਅਗਰ ਮੀਤ ਗੁਰਮੁਤ ਹੁਣੀ ਸਾਰੇ ਇਹਨਾਂ ਦੇ ਸਾਰੇ ਰਿਸ਼ਤੇਦਾਰ ਆ ਆ ਜਿਹੜਾ ਕਾਲੂ ਸੀਗਾ ਕਾਲੂ ਸੀਗਾ ਨਰਮਲ ਸਿੰਘ ਕਾਲੂ ਉਹਦਾ ਭਾਣਜਾ ਆ ਇਹ ਜਿਹਨੇ ਕਤਲ ਕੀਤਾ ਆ ਗੁਰਜਾ ਇਹਨੂੰ ਕੌਂਕੇ ਸਾਹਿਬ ਨੂੰ ਕਿੱਥੋਂ ਇਨਸਾਫ ਇਹ ਵੀ ਕਾਲੀ ਆ ਉਹ ਯਾਰ ਇਹਨਾਂ ਨੇ ਤਾਂ ਹਰ ਇੱਕ ਉਹ ਉਹਦੇ ਦੇ ਉੱਤੇ ਬਲਾਂਟ ਬੰਦਾ ਪਲਾਂਟ ਆਪਣਾ ਕੀਤਾ ਆ ਸਾਨੂੰ ਸੰਭਲਣਾ ਪੈਣਾ ਆ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ